माया ਜੋੜੀ ਕਈ ਕਰੋੜੀ ਅਜੇ ਨਾ ਤ੍ਰਿਸ਼ਨਾ ਜਾਂਦੀ ਆ ਤੇ ਕਾਲੀਦਾਸਾ ਜਾਂਦੀ ਵਾਰੀ ਰਹਿ ਗਈ ਧਰੀ ਸਰਾਂਦੀ ਆ ਪੰਡਿਤ ਕਾਲੀਦਾਸ ਵੀ ਸਾਡੇ ਸ਼ਹਿਰ ਗੁਜਰਾਵਾਲਾ ਦੇ ਸੁਪੁੱਤਰ ਸਨ ਗੁਜਰਾਵਾਲੇ ਜੰਮੇ ਸਨ ਜਿਸ ਤਰ੍ਹਾਂ ਕੇ ਸ਼ੇਰੇ ਪੰਜਾਬ ਸਾਡੇ ਦੇਸ਼ ਪੰਜਾਬ ਦਾ ਪਹਿਲਾ ਜੱਟ ਤੇ ਪੰਜਾਬੀ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਉਹ ਵੀ ਸ਼ਹਿਰ ਕੁਜਰਾਵਾਲੇ ਦਾ ਸੁਪੁੱਤਰ ਸੀ। ਦਾਨਸ਼ਮੰਦਾਂ ਦਾ ਕੰਮ ਨਹੀਂ ਇਸ ਦੁਨੀਆ ਤੇ ਦਿਲ ਲਾਉਣਾ। ਇਸ ਵੋਟੀ ਸੌ ਖਾਵੰਦ ਕੀਤੇ ਜੋ ਕੀਤਾ ਸੋ ਖਾਣਾ। ਉਸ ਟੋਰਿਆ ਜੰਗਲ ਬੇਲੇ ਨੂੰ ਉਹ ਹਬਲ ਵਰੀਦੋਂ ਨੇੜੇ ਸੀ ਇੱਕ ਪੌਣੇ ਵਾਲੇ ਪਾਈਆਂ ਸਨ ਮੈਨੂੰ ਪੁੱਠੀਆਂ ਦੱਸਾਂ ਕੀ ਦੱਸਾਂ ਬੁੱਢਾ ਹੋਇਓਂ ਸ਼ੇਖ ਫਰੀਦਾ ਕੰਬਨ ਲੰਗੀ ਦੇ ਜੇ 100 ਵਰਿਆਂ ਜੀਵਣਾ ਵੀ ਤਨ ਹੋ ਸਿੱਖੇ ਓ ਚੱਲ ਮਿਲਣੂ ਚਲੀ ਬismillahirrahmanirraheem ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋਰ ਜਵਾਬ ਨ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੂਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਏ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਲਵੋ ਨਾਲ ਬਣਿਆ ਹੋਇਆ ਕੈਨ ਤੁਸੀਂ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਤਮਾਮ ਨੋਟੀਫਿਕੇਸ਼ਨਜ਼ ਬਰ ਵਕਤ ਤੁਹਾਡੇ ਤਾਈਂ ਅਪੜ ਸਕਣ ਸਾਬੋ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜੋਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੌਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿਨੇ ਆ ਪਿਆਰਿਓ ਸਾਡੇ ਇੱਕ ਬੜੇ ਹੀ ਲੱਡਲੇ ਤੇ ਬੜੇ ਲਡਿੱਕੇ ਸਾਡੇ ਪਰਮਾਨੈਂਟ ਵਿਊਅਰ ਹਮਸਾਇਆ ਮੁਲਕ ਭਾਰਤ ਦੇ ਸ਼ਹਿਰ ਲੁਧਿਆਣੇ ਦੇ ਨਾਲ ਉਹਨਾਂ ਦਾ ਤਾਲੁਕ ਏ ਉਨ ਦਾ ਇਸਮੇ ਗ੍ਰਾਮੀਏ ਸੁਖਵਿੰਦਰ ਧਾਰੀਵਾਲ ਉਹਨਾਂ ਸਾਨੂੰ ਪੰਡਿਤ ਕਾਲੀਦਾਸ ਹੋਰਾਂ ਦਾ ਇੱਕ ਬੜਾ ਹੀ ਮੱਤ ਭਰਿਆ ਬੜਾ ਨਸੀহত ਆਮੋਜ਼ ਸਬਕ ਆਮੋਜ਼ ਇੱਕ ਅਸ਼ਲੋਕ ਪਿਝਵਾਇਆ ਹੈ ਜਿਹੜਾ ਕਿ ਇਸ ਤਰ੍ਹਾਂ ਹੈ ਪਈ ਮਾਇਆ ਜੋੜੀ ਕਈ ਕਰੋੜੀ ਅਜੇ ਨਾ ਕ੍ਰਿਸ਼ਨਾ ਜਾਂਦੀ ਆ ਤੇ ਕਾਲੀ ਦਾਸਾ ਜਾਂਦੀ ਵਾਰੀ ਰਹਿ ਗਈ ਧਰੀ ਸਰਾਂਦੀ ਆ ਪਿਆਰਿਓ ਇਸ ਸ਼ੇਰ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲੇ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਇਹ ਗੱਲ ਲਿਆਂਦਾ ਚੱਲਾਂ ਕਿ ਪੰਡਿਤ ਕਾਲੀ ਦਾਸ ਵੀ ਸਾਡੇ ਸ਼ਹਿਰ ਗੁਜਰਾਵਾਲਾ ਦੇਸ ਸੁਪੁੱਤਰ ਸਨ ਕੁਜਰਾਵਾਲੇ ਜੰਮੇ ਸਨ ਜਿਸ ਤਰ੍ਹਾਂ ਕੇ ਸ਼ੇਰੇ ਪੰਜਾਬ ਸਾਡੇ ਦੇਸ਼ ਪੰਜਾਬ ਦਾ ਪਹਿਲਾ ਜੱਟ ਤੇ ਪੰਜਾਬੀ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਉਹ ਵੀ ਸ਼ਹਿਰ ਕੁਜਰਾਵਾਲੇ ਦਾ ਸੁਪੁੱਤਰ ਸੀ ਕੁਜਰਾਵਾਲੇ ਜੰਮਿਆ ਇਸੇ ਤਰ੍ਹਾਂ ਹੀ ਪੰਡਤ ਕਾਲੀਦਾਸ ਹੋਰੀ ਵੀ ਸ਼ਹਿਰ ਕੁਜਰਾਵਾਲਾ ਦੇ ਸਪੁੱਤਰ ਤੇ ਕੁਜਰਾਵਾਲੇ ਦਾ ਫਖਰ ਸਨ ਪਿਆਰੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਦਰਬਾਰ ਦੇ ਵਿੱਚ ਪੰਡਿਤ ਕਾਲੀਦਾਸ ਦੇ ਪਿਤਾ ਜੀ ਉਹਨਾਂ ਦੇ ਬਾਪੂ ਜੀ ਸਰਕਾਰੀ ਐਲਕਾਰ ਸਨ ਤੇ ਸਰਕਾਰੀ ਪ੍ਰੋਹਤ ਸਨ ਉਹਨਾਂ ਦਾ ਨਾਂ ਸੀ ਪੰਡਿਤ ਹਰਧਿਆਲ ਪੰਡਿਤ ਹਰਧਿਆਲ ਹੋਰਾਂ ਦੇ ਘਰ 1865 ਦੇ ਵਿੱਚ ਪੰਡਿਤ ਕਾਲੀਦਾਸ ਹੋਰੀ ਪੈਦਾ ਹੋਏ ਸਹਬੋ ਕਾਲੀਦਾਸ ਹੋਰਾ ਆਪਣੀ ਮੁੱਢਲੀ تعلیم ਆਪਣੇ ਬਾਪੂ ਜੀ ਦੇ ਕੋਲੋਂ ਹਾਸਲ ਕੀਤੀ ਉਸ ਤੋਂ ਬਾਅਦ ਫਿਰ ਮੱਲੇ ਦੀ ਮਸਜਿਦ ਦੇ ਇਮਾਮ ਹੋਰਾਂ ਦੇ ਕੋਲ ਜਾ ਕੇ ਅਰਬੀ ਤੇ ਫਾਰਸੀ ਪੜ੍ਹੀ ਸਹਬੋ ਪੰਡਿਤ ਕਾਲੀਦਾਸ ਬਚਪਨ ਤੋਂ ਹੀ ਪਦਾਇਸ਼ੀ ਤੌਰ ਤੇ ਦਰਵਿਸ਼ ਤਬਾ ਆਦਮੀ ਸਨ ਫਕੀਰੀ ਉਹਨਾਂ ਦੇ ਉੱਤੇ ਰੰਗ ਚੜਿਆ ਹੋਇਆ ਸੀ ਬੜੇ ਖੂਬਸੂਰਤ ਸ਼ਾਇਰੀ ਕਰਦੇ ਸਨ ਛੋਟੀ ਉਮਰ ਤੋਂ ਹੀ ਔਰ ਖੁਸ਼ਲਹਾਨ ਬੜੇ ਸਨ ਉਹਨਾਂ ਦੀ ਆਵਾਜ਼ ਦੇ ਵਿੱਚ ਗਿਨਾਇਤ ਬੜੀ ਸੀ ਬੜੀ ਮੈਲੋਡੀਅਸ ਵੌਇਸ ਸੀ ਇਡੇ ਤਰਨਮ ਦੇ ਨਾਲ ਆਪਣੀ ਲਿਖੀ ਹੋਈ ਸ਼ਾਇਰੀ ਨੂੰ ਪੜ੍ਹਦੇ ਸਨ ਭਈ ਆਉਂਦੇ ਜਾਂਦੇ ਲੋਕ ਸੁਨਣ ਗਿਨਣ ਵਾਲੇ ਖਲੋ ਜਾਂਦੇ ਸਨ ਤੇ ਪੰਡਤ ਹੋਰਾਂ ਦੀ ਆਵਾਜ਼ ਦਾ ਉਹਨਾਂ ਦੀ ਖੁਸ਼ੁਲਹਾਨੀ ਦਾ ਉਹਨਾਂ ਦੀ ਗਿਨਾਇਤ ਦਾ ਮਜ਼ਾ ਲੈਣ ਲੱਗ ਪੈਂਦੇ ਸਨ ਪਿਆਰਿਓ ਜਵਾਨ ਹੋਏ ਤੇ ਇੱਕ ਸੰਤ ਹਰੀ ਸਿੰਘ ਅੱਲਾਪਾਗ ਦੇ ਬੜੇ ਨੇਕ ਬੰਦੇ ਸਨ ਸਾਹਿਬ ਉਹਨਾਂ ਦੀ ਬੈਣੀ ਪੰਡਿਤ ਕਾਲੀਦਾਸ ਹੋਰੀ ਬੈਨ ਲੱਗ ਪਏ ਤੇ ਉਹਨਾਂ ਤੋਂ ਫਿਰ ਇੰਨੇ متاثر ਹੋਏ ਕਿ ਬਾਅਦ ذاں ਉਹਨਾਂ ਸਿੱਖ মত اختیار ਕਰ ਲਿਆ ਤੇ ਆਪਣਾ ਨਾਂ ਰੱਖ ਲਿਆ ਪੰਡਿਤ ਮਾਨ ਸਿੰਘ ਤੇ ਕਾਲੀਦਾਸ ਆਪਣਾ ਤਖੱਲਸ ਜਿਹੜਾ ਉਹਨੂੰ ਬਰਕਰਾਰ ਹੀ ਰੱਖਿਆ ਉਹਨਾਂ ਦੀਆਂ ਜਿੰਨੀਆਂ ਵੀ ਲਿਖਤਾਂ ਸਨ ਉਹਨਾਂ ਦੀਆਂ ਤਸਨੀਫ ਬڑے ਵੱਡੇ ਉਹ ਕਹਾਣੀਕਾਰ ਸਨ ਬڑے ਵੱਡੇ ਕਵੀ ਸਨ ਸਾਡੀ ਮਾਂ ਬੋਲੀ ਪੰਜਾਬੀ ਦੇ ਸ਼ਾਇਰੀ ਦੇ ਵਿੱਚ ਵੀ ਤੇ ਆਪਣੀਆਂ ਤਹਿਰੀਰਾਂ ਦੇ ਵਿੱਚ ਵੀ ਆਪਣੀਆਂ ਲਿਖਤਾਂ ਦੇ ਉੱਤੇ ਵੀ ਆਪਣਾ ਨਾਂ ਕਾਲੀਦਾਸ ਹੀ ਲਿਖਦੇ ਰਹੇ ਲੇਕਿਨ ਸਿੱਖ মত ਇਖਤਿਆਰ ਕਰਨ ਤੋਂ ਬਾਅਦ ਮੈਂ ਤੁਹਾਡੀ ਸੇਵਾ 'ਚ ਅਰਜ਼ ਕੀਤੀ ਹੈ ਕਿ ਉਹਨਾਂ ਆਪਣਾ ਨਾਂ ਪੰਡਿਤ ਸਰਦਾਰ ਬਾਣ ਸਿੰਘ ਕਾਲੀਦਾਸ ਰੱਖ ਲਿਆ ਹੋਇਆ ਸੀ 1944 ਦੇ ਵਿੱਚ ਉਹ ਫੌਤ ਹੋਏ ਉਹਨਾਂ ਦੀ ਪੋਇਟਰੀ ਜਿੰਨੀ ਉਹਨਾਂ ਦੀ ਸ਼ਾਇਰੀ ਹੈ ਬੜੀ ਧਾਰਮਿਕ ਬੜੀ ਸਮਾਜਿਕ ਬੜੀ ਇਸਲਾਈ ਬੜੀ اخلاقی ਪਿਆਰਯੋ ਸ਼ਾਇਰੀ ਹੈ ਔਰ ਸਾਡੀ ਮਾਂ ਬੋਲੀ ਪੰਜਾਬੀ ਦਾ ਬਹੁਤ ਵੱਡਾ ਖਜ਼ਾਨਾ ਹੈ ਔਰ ਬੜੀ ਫਖਰ ਵਾਲੀ ਉਹਨਾਂ ਦੀ ਸ਼ਾਇਰੀ ਹੈ ਬੜੀ ਮਾਨਯੋਗ ਸ਼ਾਇਰੀ ਹੈ ਉਹਨਾਂ ਆਪਣੀ ਸ਼ਾਇਰੀ ਦੇ ਵਿੱਚ ਅੱਲਾ ਪਾਖਦੇ ਆਂ ਬੰਦਿਆਂ ਦੀ ਇਸਲਾਹ ਦੇ ਉੱਤੇ ਬੜੀ ਖਾਸ ਤਵੱਜੋ ਦਿੱਤੀ ਏ ਇਹ ਜਿਹੜਾ ਸ਼ੇਰ ਸਾਡੇ ਵੀਰ ਸੁਖਵਿੰਦਰ ਧਾਲੀਵਾਲ ਹੋਰਾ ਸਾਨੂੰ ਪਿਜਵਾਇਆ ਏ ਇਸ ਆਪਣੇ ਸ਼ਲੋਕ ਦੇ ਵਿੱਚ ਵੀ ਪੰਡਿਤ ਕਾਲੀਦਾਸ ਹੋਰੀ ਇਹੀ ਹੀ ਪਹਿ ਲਿਖਦੇ ਨੇ ਭਈ ਮਾਇਆ ਜੋੜੀ ਕਈ ਕਰੋੜੀ ਅਜੇ ਨਾ ਰਿਸ਼ਨਾ ਜਾਂਦੀ ਆ ਤ੍ਰਿਸ਼ਨਾ ਪਿਆਸ ਭੁੱਖਾ ਹਵਸ ਤਰੇ ਆਇਆ ਹੋਇਆ ਬੰਦਾ ਜਿਹੜਾ ਨਾ ਜਿਹਨੂੰ ਤਰੇ ਲੱਗੀ ਹੋਵੇ ਕਿਸੇ ਸ਼ਾਇ ਦੀ ਤਰੇ ਤੇ ਉਮਮਨ ਪਾਣੀ ਦੀ ਲੱਗਦੀ ਹੈ ਨਾ ਜੀ ਲੇਕਿਨ ਸਾਹਿਬੋ ਦੁਨੀਆ ਇਕੱਠੀ ਕਰਨ ਦਾ ਹਵਸ ਜਿਹੜਾ ਹੈ ਉਹਦੇ ਵਿੱਚ ਮੁਕਤਲਾ ਜਿਹੜਾ ਸ਼ਖਸ ਹੈ ਉਹਦੀ ਵੀ ਦੁਨੀਆਦਾਰੀ ਵਾਲੀ ਤਰੇ ਕਦੀ ਨਹੀਂ ਮੁੱਕਦੀ ਉੱਤਰਿਆ ਹੀ ਰਹਿੰਦਾ ਮਾਲੋ ਦੌਲਤ ਵੱਲੋਂ ਮਾਇਆ ਵੱਲੋਂ ਮਾਇਆ ਦਾ ਮਤਲਬ ਮਾਲੋ ਦੌਲਤ ਪੰਡਤੋਰੀ ਲਿਖਦੇ ਨੇ ਵੀ ਮਾਇਆ ਜੋੜੀ ਕਈ ਕਰੋੜੀ ਕਈ ਕਰੋੜਾਂ ਅਰਬਾਂ ਰੁਪਏ ਇਕੱਠੇ ਕਰ ਲਏ ਲੇਕਿਨ ਦੁਨੀਆ ਦੀ ਹਵਸ ਦਾ ਜਿਹਨੂੰ ਲਾਲਚ ਜਾਂ ਲੱਤ ਪਈ ਹੋਵੇ ਜਿਹਨੂੰ ਇਸ ਵਾਦੀ ਦੀ ਆਦਤ ਪੈ ਜਾਏ ਇਸ ਬਿਮਾਰੀ ਜਿਹੜਾ ਮੁਪਤਲਾ ਹੋ ਜਾਏ ਸਾਹਬੋ ਆਹਦਨੇ ਅਜੇ ਨਾ ਤ੍ਰਿਸ਼ਨਾ ਜਾਂਦੀ ਆ ਇਨਾ ਮਾਲ ਉਹ ਜ਼ਰ ਇਕੱਠਾ ਕਰਨ ਦੇ ਬਾਵਜੂਦ ਵੀ ਉਹਦੀ ਪਿਆਸ ਨਹੀਂ ਮੁੱਕਦੀ ਉਹ ਜੀ ਕੋ ਆਹਦੇ ਨੇ ਨਾ ਕਿ ਹਵਸੇ ਦੁਨੀਆ ਦੇ ਵਿੱਚ ਗ੍ਰਫਤਾਰ ਜਿਹੜਾ ਬੰਦਾ ਏ ਉਹਦੀ ਹਵਸ ਦਾ ਢਿੱਡ ਸਿਰਫ ਕਵਰ ਦੀ ਮਿੱਟੀ ਨਹੀਂ ਪਰਨਾ ਉਦੋਂ ਉਰਾ ਉਹਨੂੰ ਕੋਈ ਸ਼ੈ ਨਹੀਂ ਰਜਾ ਸਕਦੀ ਲੇਕਿਨ ਅਗਲੇ ਮਸਰੇ ਦੇ ਵਿੱਚ ਵੇਖੋ ਅਜੇ ਲੋਕਾਂ ਦਾ ਅੰजाम ਕਿਹੋ ਜਿਹਾ ਹੁੰਦਾ ਅਖੀਰ ਉਹ ਜਿਹੜੇ ਦੁਨੀਆ ਦੀ ਹਵਸ ਦੇ ਵਿੱਚ ਮੁਪਤਲਾ ਲੋਕ ਹੁੰਦੇ ਨੇ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਹਰ ਵੇਲੇ ਇਹ ਇਸ ਕੀ ਮਾਂ ਬਣਾਦੇ ਰਹਿੰਦੇ ਨੇ ਕਿ ਆਪਣੀ ਦੌਲਤ ਨੂੰ ਕਿਵੇਂ ਵਧਾਵਾਂ ਕਿਵੇਂ ਹੋਰ ਦੁਨੀਆ ਇਕੱਠੀ ਕਰ ਲਵਾਂ ਕਿਵੇਂ ਹੋਰ ਮਾਲ ਡੰਗਰ ਖਰੀਦਣਾ ਹੋਰ ਮਰਲੇ ਚਾਰ ਵਧਾ ਲਾਂ ਉਹਨਾਂ ਲੋਕਾਂ ਦਾ ਫਿਰ ਅੰਜਾਮ ਕੀ ਹੁੰਦਾ ਹੈ ਪੰਡਤ ਹਰੀ ਲਿਖਦੇ ਨੇ ਆਪਣੇ ਇਸੇ ਸ਼ਲੋਕ ਦੇ ਅਗਲੇ ਮਸਰੇ ਦੇ ਵਿੱਚ ਭਈ ਕਾਲੀ ਦਾਸਾ ਜਾਂਦੀ ਵਾਰੀ ਰਹਿ ਗਈ ਧਰੀ ਸਰਾਂਦੀ ਆ ਉਸ ਸਰਾਣੇ ਥੱਲੇ ਧਰੀ ਰਹਿ ਜਾਂਦੀ ਏ ਜਦੋਂ ਬੰਦਾ ਮਰਦਾ ਹੈ ਬੈਂਕ ਭਾਵੇਂ ਕਾਲੇ ਕੀਤੇ ਹੋਣ ਭਾਵੇਂ ਪਿਆਰਿਓ ਘਰ ਤਜੋਰੀਆਂ ਭਰੀਆਂ ਹੋਣ ਮਾਲੋ ਜ਼ਰ ਦੇ ਨਾਲ ਜਵਾਹਰਾਤ ਮਾਨਕ ਮੋਤੀ ਸੋਨਾ ਚਾਂਦੀ ਇਕੱਠੀ ਕੀਤੀ ਹੋਵੇ ਉਹਨਾਂ ਦੀਆਂ ਕੁੰਜੀਆਂ ਸਰਾਣੇ ਥੱਲੇ ਪਈਆਂ ਹੁੰਦੀਆਂ ਨੇ ਤੇ ਜਦੋਂ ਬੰਦੇ ਦਾ ਦਮ ਨਿਕਲ ਜਾਂਦਾ ਤੇ ਉਹ ਨਾਲ ਲੈ ਜਾਂਦਾ ਚਾਬੀਆਂ ਆਪਣਾ ਮਾਲੋ ਜ਼ਾਰ ਜਿਹੜਾ ਉਹ ਆਪਣੇ ਨਾਲ ਲੈ ਕੇ ਜਾਂਦਾ ਕਦੇ ਵੀ ਨਹੀਂ ਲੈ ਕੇ ਜਾ ਸਕਦਾ ਕਾਲੀ ਦਾਸਾ ਜਾਂਦੀ ਵਾਰੀ ਯਾਨੀ ਦੁਨੀਆ ਤੋਂ ਜਾਂਦਿਆ ਹੋਇਆ ਰਹਿ ਗਈ ਧਰੀ ਸਰਾਂਦੀ ਆ ਉਹ ਸਰਾਂ ਨੇ ਥੱਲੇ ਪਈ ਰਹਿ ਜਾਂਦੀ ਏ तमाम ਇਮਲਾਕ ਅਸਾਸੇ ਮਲਕੀਤੀ ਕਾਗਜ਼ਾਤ ਇੱਥੇ ਛੱਡ ਕੇ ਜਾਣੇ ਨੇ ਰਜਿਸਟਰੀਆਂ ਜ਼ਮੀਨਾਂ ਦੀਆਂ ਭਾਵੇਂ ਕਈ 100 ਮਰਬੇ ਇਕੱਠੇ ਕਰ ਲਓ ਪਿਆਰਿਓ حضرت ਮੀਆਂ ਮੁਹੰਮਦ ਬਖਸ਼ਾ ਵੀ 1830 ਚ ਪੈਦਾ ਹੋਏ ਯਾਨੀ 18ਵੀਂ ਜਿਹੜੀ ਸਦੀ ਸੀ ਉਹਦੇ ਵਿੱਚ ਤੁਹਾਨੂੰ ਅਰਜ਼ ਕੀਤੀ ਹੈ ਵੀ 1800 ਤੇ 65 ਚ ਪੰਡਿਤ ਕਾਲੀਦਾਸ ਹੋਰੀ ਪੈਦਾ ਹੋਏ ਤੇ 1830 ਚ ਯਾਨੀ ਪੰਡਿਤ ਕਾਲੀਦਾਸ ਤੋਂ 35 ਸਾਲ ਪਹਿਲੇ ਆਰਫੇ ਖੜੀ ਰومیਏ ਪਾਕਿਸਤਾਨ حضرت मियां ਮੁਹੰਮਦ ਬਖਸ਼ ਸਾਫ ਸਰਕਾਰ ਖੜੀ ਸ਼ਰੀਫ ਵਾਲੇ ਵੀ ਇਸ ਦੁਨੀਆ ਦੇ ਤਸ਼ਰੀਫ ਲਿਆਏ ਮੈਨੂੰ ਉਹਨਾਂ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਯਾਦ ਆ ਗਿਆ ਹੈ ਫਰਮਾਉਂਦੇ ਨੇ ਕਿ ਦਾਨਸ਼ਮੰਦਾਂ ਦਾ ਕੰਮ ਨਹੀਂ ਇਸ ਦੁਨੀਆ ਤੇ ਦਿਲ ਲਾਉਣਾ ਇਸ ਵੋਤੀ ਸੌ ਖਾਵੰਦ ਕੀਤੇ ਜੋ ਕੀਤਾ ਸੋ ਖਾਣਾ ਪਿਆਰਿਓ ਤੁਸੀਂ ਦੇਖੋ ਨਾ ਅਸੀਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਸੇਬ ਦੇ ਵਿੱਚ ਅਸੀਂ ਵੇਖਨੇ ਆ ਭਈ ਅਸੀਂ ਕਿਸੇ ਦੇ ਵਾਸਤੇ ਕੋਈ ਨਸਪਜ ਕਰੀਏ ਕਿਸੇ ਬੰਦੇ ਦੇ ਲਈ ਅਸੀਂ ਕੋਈ ਸਟਰਗਲ ਕਰੀਏ ਕੋਈ ਮਿਹਨਤ ਕਰੀਏ ਤੇ ਉਹ ਬੰਦਾ ساری ਜ਼ਿੰਦਗੀ ਸਾਡਾ ਇਹਸਾਨਮੰਦ ਰਹਿੰਦਾ ਚੰਗਾ ਬੰਦਾ ਹੋਵੇ ਸਹੀ ਮੀਆਂ ਮੁਹੰਮਦ ਸਾਹਿਬ ਵੀ ਫਰਮਾਉਂਦੇ ਨੇ ਵੀ ਅਸਲਾ ਉੱਤੇ ਨੇਕੀ ਕਰੀਏ ਤੇ ਉਮਰਾਂ ਨਹੀਂ ਪੁਲਾਉਂਦੇ ਉਹ ਅਸੀਲ ਹੋਵੇ ਸਹੀ ਕਿਸੇ ਚੰਗੇ ਖੂਨ ਦਾ ਬੰਦਾ ਹੋਵੇ ਸਹੀ ਤੁਸੀਂ ਉਹਦੇ ਲਈ ਕੋਈ ਨਸਪੱਜ ਕਰੋ ਕੋਈ ਮਿਹਨਤ ਕਰੋ ਕੋਈ ਉਹਦਾ ਸਿਰ ਨੇਕੀ ਕਰੋ ਕੋਈ ਇਹਾਸਾਨ ਕਰੋ ਉਹ ਸਾਰੀ ਜ਼ਿੰਦਗੀ ਨਹੀਂ ਭੁਲਾਏਗਾ ਲੇਕਿਨ ਸਾਹਬ ਉਹ ਬਦ ਅਸਲ ਜਿਹੜਾ ਹੈ ਉਹ ਬੇਵਫਾਈ ਕਰਦਾ ਹੈ ਉਹ ਤੁਹਾਡੇ ਨਾਲ ਵਫਾ ਨਹੀਂ ਕਰੇਗਾ ਜਿੰਨੀ ਮਰਜ਼ੀ ਉਹਦੇ ਲਈ ਤੁਸੀਂ ਸਟਰਗਲ ਕਰ ਲਓ ਮਿਹਨਤ ਕਰ ਲਓ ਨਸਪਜ ਕਰ ਲਓ ਇਹ ਦੁਨੀਆ ਦਾ ਮਾਮਲਾ ਵੀ ਇਸੇ ਤਰ੍ਹਾਂ ਹੀ ਤੁਸੀਂ ਵੇਖੋ ਨਾ ਜਿੰਨੀ ਕੁ ਦੁਨੀਆ ਦੀ ਹਵਾ ਸੱਚ ਮੁਪਤਲਾ ਦੁਨੀਆਦਾਰ ਸ਼ਖਸ ਦੁਨੀਆ ਦਾ ਲਾਲਚੀ ਜਿੰਨੀ ਕੋ ਇਸ ਦੁਨੀਆ ਨੂੰ ਇਕੱਠਾ ਕਰਨ ਦੇ ਵਾਸਤੇ ਨਸਪਜ ਕਰਦਾ ਜਿੰਨੀ ਸਟਰਗਲ ਕਰਦਾ ਜਿੰਨੀ ਮਿਹਨਤ ਕਰਦਾ ਜਿੰਨਾ ਮਾਲੋ ਜ਼ਰ ਨਾਲ ਪਿਆਰ ਕਰਦਾ ਉਹਨੂੰ ਇਕੱਠਾ ਕਰਦਾ ਉਹਨੂੰ ਸਾਹਬ-ਸਾਮ ਕੇ ਰੱਖਦਾ ਚਾਹੀਦਾ ਤੇ ਇਹ ਵੇਨਾ ਕਿ ਦੁਨੀਆ ਤੇ ਮਾਲੋ ਜ਼ਰ ਦੌਲਤ ਮਾਇਆ ਉਹਦੇ ਨਾਲ ਪਿਆਰ ਕਰੇ ਉਹਦਾ ਇਸਾਨ ਬਣੇ ਉਹਨੇ ਐਡੀ ਮਿਹਨਤ ਨਾਲ ਉਹਨੂੰ ਇਕੱਠਾ ਕੀਤਾ ਉਹਨੂੰ ਸਾਫ-ਸਾਫ ਕੇ ਰੱਖਿਆ ਲੇਕਿਨ ਤੁਸੀਂ ਦੇਖ ਲਵੋ ਇਹ ਦੁਨੀਆ ਉਹ ਐਸੀ ਬੇਵਫਾਈ ਹੈ ਕਿ ਆਪਣੇ ਵਾਸਤੇ ਨਸ ਪੱਜ ਕਰਨ ਵਾਲੇ ਨੂੰ ਦੌੜ ਭੱਜ ਕਰਨ ਵਾਲੇ ਨੂੰ ਸਟਰਗਲ ਕਰਨ ਵਾਲੇ ਨੂੰ ਦਿਨ ਰਾਤ ਇੱਕ ਕਰਨ ਵਾਲੇ ਨੂੰ ਮਿਹਨਤ ਕਰਨ ਵਾਲੇ ਨੂੰ ਇੱਕ ਦਿਨ ਧੋਖਾ ਦੇ ਜਾਂਦੀ ਹੈ ਤੁਸੀਂ ਦੇਖੋ ਨਾ ਕਿ ਕਿੱਡਾ ਪਿਆਰਾ ਮੀਆਂ ਮੁਹੰਮਦ ਬੋਏ ਸਾਹਿਬ ਦਾ ਫਰਮਾਨਾ ਨੇ ਵੀ ਦਾਨਸ਼ਮੰਦਾਂ ਦਾ ਕੰਮ ਨਹੀਂ ਇਸ ਦੁਨੀਆ ਤੇ ਦਿਲ ਲਾਉਣਾ ਇਸ ਦੁਨੀਆ ਦੇ ਨਾਲ ਪਿਆਰ ਕਰਨਾ ਇਹ ਅਕਲਮੰਦਾਂ ਦਾ ਕੰਮ ਨਹੀਂ ਹੈ ਇਸ ਵੋਟੀ ਕਈ ਖਾਂ ਵਧ ਕੀਤੇ ਪਿਆਰਿਓ ਜਿਹੜੀ ਵਿਰਾਸਤ ਦਾ ਅੱਜ ਮੈਂ ਮਾਲਕ ਹਾਂ ਜਿਹੜੀਆਂ ਜ਼ਮੀਨਾਂ ਜਾਂ ਮਕਾਨ ਇਹ ਕਾਰੋਬਾਰ ਦਾ ਅੱਜ ਮੈਂ ਮਾਲਕ ਆ ਮੇਰੇ ਤੋਂ ਪਹਿਲੇ ਇਸ ਸਾਰੀਆਂ ਚੀਜ਼ਾਂ ਦੇ ਮਾਲਕ ਮੇਰੇ ਵਾਲਦੇ ਗ੍ਰਾਮੀ ਸਨ ਲੇਕਿਨ ਵੇਖ ਲਓ ਅੱਜ ਉਹ ਦੁਨੀਆ ਤੇ ਕੋਈ ਨਹੀਂ ਹੁਣ ਇਹ ਮੇਰੇ ਅਕਦ ਵਿੱਚ ਆ ਗਈ ਹੈ ਹੁਣ ਦੁਨੀਆ ਪਹਿਲੇ ਮੇਰੇ ਵਾਲਦ ਸਾਹਿਬ ਦੇ ਨਕਾਹ ਵਿੱਚ ਸੀ ਉਹਨਾਂ ਹੰਡਾਈ ਹੁਣ ਵੇਖੋ ਕਿ ਹੁਣ ਨੇ ਮੇਰੇ ਨਕਾਹ ਵਿੱਚ ਤੇ ਸਾਹਿਬੋ ਇੱਕ ਦਿਨ ਨਾ ਮੈਨੂੰ ਵੀ ਛੱਡ ਜਾਏਗੀ ਮੈਨੂੰ ਵੀ ਧੋਖਾ ਦੇ ਜਾਏਗੀ ਮੇਰੇ ਨਾਲ ਵੀ ਬੇਵਫਾਈ ਕਰ ਜਾਏਗੀ ਫਿਰ ਅੱਗੋਂ ਮੇਰੀ ਔਲਾਦ ਦੇ نکاح ਚ ਆ ਜਾਏਗੀ ਫਿਰ ਉਹਨਾਂ ਦੇ ਯਾਨੀ ਤੁਸੀਂ ਦੇਖੋ ਕਿ دانشਮੰਦਾਂ ਦਾ ਕੰਮ ਨਹੀਂ ਇਸ ਦੁਨੀਆ ਤੇ ਦਿਲ ਲਾਉਣਾ ਇਸ ਵੋਟੀ ਸੌ ਖਾਵਦ ਕੀਤੇ ਜੋ ਕੀਤਾ ਸੋ ਖਾਣਾ ਜਿਹਦੇ ਵੀ ਘਰ ਰਾ ਕੇ ਵਸੀ ਏ ਪਿਆਰਿਓ ਇੱਕ ਦਿਨ ਉਹ ਇਹਨੂੰ ਛੱਡ ਕੇ ਟਰ ਗਿਆ ਇਹ ਦੁਨੀਆ ਇੱਥੇ ਹੀ ਰਹਿ ਗਈ ਏ ਇਹ ਅੱਜ ਵੀ ਵਸਦੀ ਏ ਭਈ ਇਹ ਅੱਜ ਵੀ ਸੁਹਾਗਣ ਏ ਲੇਕਿਨ ਇਹਦੇ ਨਾਲ ਦਿਲ ਲਾਉਣ ਵਾਲੇ ਇਹਦੇ ਨਾਲ ਅਕਦ ਕਰਨ ਵਾਲੇ ਇਹਦੇ ਨਾਲ ਗੱਡ ਬੰਨਨ ਵਾਲੇ ਦੁਨੀਆਦਾਰੀ ਦੀਆਂ ਪੀਚਾਂ ਪਾਉਣ ਵਾਲੇ ਇਹਨੂੰ ਆਪਣੀ ਜ਼ੋਜਿਅਤ ਵਿੱਚ ਲੈਣ ਵਾਲੇ ਕਦੀ ਦੁਨੀਆ ਤੇ ਨਹੀਂ ਰਹੇ ਇੱਕ ਨਹੀਂ ਬਚਿਆ ਜਿਨ੍ਹਾਂ ਮੁਲਕਾਂ ਦੇ ਮੁਲਕ ਤਸਖੀਰ ਕੀਤੇ ਸਿਕੰਦਰ ਜਦ ਗਏ ਦੁਨੀਆ ਸੇ ਦੋਨੋ ਹੱਥ ਖਾਲੀ ਥੇ ਸਾਹਿਬੋ ਇੱਥੇ ਮੈਂ ਇੱਕ ਗੱਲ ਤੁਹਾਡੇ ਹਜ਼ੂਰੇ ਜ਼ਰੂਰ ਅਰਜ਼ ਕਰਨੀ ਚਾਹਾਂਗਾ ਭਈ ਜਿਹੜੇ ਸਾਡੇ ਕੁਝ ਲੋਕ ਆਖਦੇ ਨੇ ਨਾ ਜੀ ਕਿ ਸੂਫੀ ਸ਼ੁਆਰਾ ਪੰਜਾਬੀ ਮਾਂ ਬੋਲੀ ਦੇ ਹਰ ਵੇਲੇ ਮੌਤ ਦੇ ਰੋਣੇ ਰੋਂਦੇ ਰਹਿੰਦੇ ਨੇ ਦੁਨੀਆ ਦੀ ਬੇਸਬਾਤੀ ਦਾ ਤਜ਼ਕਰਾ ਕਰਦੇ ਰਹਿੰਦੇ ਨੇ ਉਨ੍ਹਾਂ ਦੀ ਖidmat ਦੇ ਵਿੱਚ ਮੈਂ ਅਰਜ਼ ਕਰਨਾ ਚਾਹਨਾ ਵਾਂ ਕਿ ਇਹਦਾ ਮਤਲਬ ਇਹ ਨਹੀਂ ਹੈ ਸਾਡੇ ਸ਼ਾਇਰ ਜਿਹੜੇ ਨੇ ਉਹ ਇਹ ਨਹੀਂ ਆਖਦੇ ਵੀ ਤੂੰ ਦੀਨ ਦੁਨੀਆ ਛੱਡ ਕੇ ਤੇ ਕਿਸੇ ਰਹਿਬਾਨੀयत اختیار ਕਰ ਲੈ ਜਾਂ ਜੰਗਲਾਂ ਵੱਲ ਟੁਰ ਜਾ ਹਰ ਕਿਸੇ ਨਹੀਂ ਸਾਡੇ ਤੇ ਪੰਜਾਬੀ ਦੇ ਸ਼ੌਹਰਾਨ ਨੇ ਰਹਿਬਾਨੀयत ਦੇ ਖਿਲਾਫ ਗੱਲ ਕੀਤੀ ਹੈ ਦੇਖੋ ਨਾ ਇੱਕ ਬੜਾ ਪਿਆਰਾ ਸ਼ੇਅਰ ਮੈਨੂੰ ਯਾਦ ਆ ਗਿਆ ਹੈ ਕਿ ਸ਼ਾਇਰ ਸਾਡੇ ਲਿਖਦੇ ਨੇ ਪੀਰ ਫਜ਼ਲ ਗੁਜਰਾਤੀ ਉਈ ਉਸ ਟੋਰਿਆ ਜੰਗਲ ਬੇਲੇ ਨੂੰ ਉਹ ਹਵਲ ਵਰੀਦੋਂ ਨੇੜੇ ਸੀ ਇੱਕ ਪੌਣੇ ਵਾਲੇ ਪਾਈਆਂ ਸਨ ਮੈਨੂੰ ਪੁੱਠੀਆਂ ਦੱਸਾਂ ਕੀ ਦੱਸਾਂ ਯਾਨੀ ਇਸਲਾਮ ਦੇ ਵਿੱਚ ਪਿਆਰਿਓ ਰਹਿਬਾਨੀਤ ਇਖਤਿਆਰ ਕਰਨਾ ਦੁਨੀਆਂ ਛੱਡ ਕੇ ਨਿਕਲ ਜਾਣਾ ਜੰਗਲਾਂ ਵੱਲ ਇਹ ਕਿਦਰੇ ਨਹੀਂ ਲਿਖਿਆ ਸਾਡੇ ਪਿਆਰੇ ਨਬੀ پاک ਹਾਦੀਏ ਬਰਹਕ حضرت محمد مصطفی صلی اللہ علیہ والہ ہی ہی وبارک و ازواج علیہ و بارک وسلم ਸਾਡੀ ਸੱਚੀ ਸਰਕਾਰ ਨੇ ਭਰਪੂਰ ਸਮਾਜੀ معاشਰਤੀ ਜ਼ਿੰਦਗੀ گزارੀ ਹੈ الحمدللہ ਉਹਨਾਂ ਨੇ ازدواجی ਜ਼ਿੰਦਗੀ ਬੜੀ ਭਰਪੂਰ گزارੀ ਹੈ ساری ਜ਼ਿੰਦਗੀ ਅੱਲਾ ਪਾਕ ਦੇ ਨਾਂ ਨੂੰ ਲੈ ਕੇ ਸਾਹਿਬ ਦਾ ਪੈਗਾਮ ਲੈ ਕੇ ਲੋਕਾਂ ਤਾਈਂ ਪੁਚਾਇਆ ਜੰਗਾ ਗਜ਼ਵਾਤ ਲੜੇ ਨੇ ਪਿਆਰਿਓ ਤਜਾਰਤ ਕੀਤੀ ਏ ਕਿਹੜਾ ਦੁਨੀਆ ਦਾ ਕੰਮ ਹੈ ਮੇਰੀ ਸਰਕਾਰ ਨੇ ਜਿਹੜਾ ਨਹੀਂ ਆਪੂ ਕੀਤਾ ਔਰ ਉਸ ਜਾਇਜ਼ ਔਰ ਹਲਾਲ ਕੰਮ ਦੇ ਉੱਤੇ ਕਾਰਬੰਦ ਹੋਣ ਦੀ ਸਾਨੂੰ ਤਾਕੀਦ ਨਹੀਂ ਕੀਤੀ ਪਿਆਰੇ ਨਵੀ ਪਾਗ ਨੇ ਕਦੀ ਵੀ ਕਿਸੇ ਜਗ੍ਹਾ ਤੇ ਨਹੀਂ ਫਰਮਾਇਆ ਪਿੱਛੇ ਕੰਮ ਨਾ ਕਰੋ ਜਾਂ ਕਾਰੋਬਾਰ ਨਾ ਕਰੋ ਜਾਂ ਦੁਨੀਆਦਾਰੀ ਦੇ ਵਿੱਚ ਹਿੱਸਾ ਨਾ ਲਵੋ ਲੇਕਿਨ ਇਹ ਜ਼ਰੂਰ ਸਾਡੇ ਦੀਨ ਦੀ ਔਰ तमाम ਸੂਫੀਆ کرام ਦੀ ਸੂਫੀ ਸ਼ੁਆਰਾ ਜਿੰਨੇ ਵੀ ਨੇ ਜਿਹੜੇ ਲੋਕਾਈ ਦਾ ਭਲਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਾਬਾ ਨਾਨਕ ਜੀ ਵੀ ਸ਼ਾਮਲ ਹੋ ਜਾਂਦੇ ਨੇ ਪੰਡਿਤ ਕਾਲੀਦਾਸ ਹੋ ਰਿਵੀ ਨੇ ਭਗਤ ਕਬੀਰ ਜੀ ਵੀ ਨੇ ਉਹ ਸਿਰਫ ਇਹ ਹੀ ਆਖਦੇ ਨੇ ਮੌਤ ਦਾ ਜ਼ਿਕਰ ਕਰਕੇ ਆਪਣੇ ਸ਼ੇਰਾਂ ਦੇ ਵਿੱਚ ਇੱਕ ਤੇ ਸਾਨੂੰ ਸਾਡੀ ਹਿਆਤੀ ਦਾ ਅੰਜਾਮ ਯਾਦ ਕਰਵਾਉਂਦੇ ਨੇ ਤੇ ਦੂਸਰਾ ਪਿਆਰਿਓ ਸਾਨੂੰ ਆਖਦੇ ਨੇ ਭਈ ਦੁਨੀਆਦਾਰੀ ਕਰੋ ਲੇਕਿਨ ਆਖਰਤ ਦੀ ਕੀਮਤ ਦੇ ਉੱਤੇ ਦੁਨੀਆਦਾਰੀ ਨਾ ਕਰਿਆ ਜੇ ਅਜਿਹੀ ਦੁਨੀਆਦਾਰੀ ਮਤ ਕਰੋਗੇ ਤੁਹਾਡੀ ਆਖਰਤ ਬਰਬਾਦ ਹੋ ਜਾਏ ਤੁਹਾਡੀ ਆਕਬਤ ਤਬਾਹ ਹੋ ਜਾਏ ਕਿਉਂਕਿ ਇਹ ਆਰਜ਼ੀ ਦੁਨੀਆ ਜਿਹੜੀ ਇਹ ਨੂੰ ਛੱਡ ਕੇ ਇੱਕ ਦਿਨ ਸੱਚੇ ਸਾਹਿਬ ਦੇ ਹਜ਼ੂਰ ਵੀ ਤੇ ਸਾਂ ਪੇਸ਼ ਹੋਣਾ ਹੈ ਨਾ ਗੱਲ ਸਿਰਫ ਇਹ ਨਹੀਂ ਹੈ ਕਿ ਸਾਡੇ ਸੂਫੀਆ کرام ਔਲੀਆ ਉਜ਼ਾਮ ਫੁਕਰਾ ਜਿਨ੍ਹਾਂ ਨੇ ਸਾਡੇ ਇਸਲਾਮੀ ਉਹ ਅਸਤਗਫਰੁਲਾ ਕੋਈ ਨਹੀਂ ਸਾਨੂੰ ਇਹ ਦਰਸ ਦੇਂਦਾ ਭਈ ਤੁਸੀਂ ਦੀਨ ਦੁਨੀਆ ਛੱਡ ਕੇ ਤੇਰੇ ਸਾਈਡ ਦੇ ਹੋ ਕੇ ਜੰਗਲਾਂ ਚ ਟੁਰ ਜਿਓ ਤੇ ਕਪੜੇ ਵੀ ਨਾ ਪਾਓ ਤੇ ਸਾਰੇ ਨਾਓ ਵੀਨਾ ਤੇ ਸਾਰੇ ਹਕੂਕੁਲ ਇਬਾਦਤ ਤੇ ਹਕੂਕੁਲਾ ਛੱਡ ਦਿਓ ਸਾਰੇ ਕਦੀ ਸਾਨੂੰ ਇਹੋ ਜੀ ਮਤ ਸਾਡਾ ਦੀਨ ਕਿਸੇ ਸੂਰਤ ਨਹੀਂ ਦਿੰਦਾ ਇਹ ਜਿਹੜਾ بار بار ਸਾਨੂੰ ਸਾਡਾ ਅੰਜਾਮ ਸਾਡੀ ਹਯਾਤੀ ਦਾ ਅਖੀਰ ਯਾਦ ਕਰਵਾਇਆ ਜਾਂਦਾ ਹੈ ਨਾ ਜੀ ਉਹਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਭਲੇਆ ਇੱਕ ਦਿਨ ਤੈਨੂੰ ਸੁਫਨਾ ਥੀਸਨ ਗਲੀਆਂ ਬਾਬਲ ਵਾਲੀਆਂ ਉਹ ਇੱਕ ਦਿਨ ਇਸ ਜਹਾਨ ਨੂੰ ਛੱਡ ਕੇ ਜਾਣਾ ਏ ਬੁੱਢਾ ਹੋਇਓ شیخ ਫਰੀਦਾ ਤੇ ਕੰਬੜਨ ਲੱਗੀ ਦੇ حضرت ਬਾਬਾ ਜੀ ਫਰੀਦਉਦਦিন ਮਸੂਦ ਗੰਜੇ ਸ਼ਕਰ ਰਹਿਮਤੁਲਾਹ ਤਾਲਾ ਲੈ ਉਹਨਾਂ ਦਾ ਜਿੰਨਾ ਕਲਾਮ ਸਾਡੇ ਤਾਈਂ ਪਹੁੰਚਿਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਨੇ ਜਮ੍ਹਾਂ ਕਰ ਦਿੱਤਾ ਸੀ ਇਹ ਸਾਡੇ ਸਿੱਖ ਭਰਾਵਾਂ ਦਾ ਇੱਕ ਬੜਾ ਵੱਡਾ ਸਾਡੇ ਤੇ ਇਸ਼ਾਨ ਹੈ ਉਹਨਾਂ ਦੀ ਕਿਰਪਾ ਹੈ ਅਸੀਂ ਐਮ ਐ ਪੰਜਾਬੀ ਦੇ ਵਿੱਚ ਜਿੰਨੇ ਸ਼ਲੋਕ ਪੜਨੇ ਆ ਬਾਬਾ ਫਰੀਦ ਸਾਹਿਬ ਦੇ ਉਹ ਸਾਰੇ ਗ੍ਰੰਥ ਸਾਹਿਬ ਦੇ ਵਿੱਚ ਜਮ੍ਹਾਂ ਕੀਤੇ ਗਏ ਹੋਏ ਸਨ ਤੇ ਉੱਥੋਂ ਅਸਾਂ ਲੈਏ ਨੇ ਤੇ ਉੱਥੋਂ ਸਾਡੇ ਨਸਾਬ ਵਿੱਚ ਸ਼ਾਮਲ ਹੋਏ ਨੇ ਇਸ ਲਈ ਸਾਡੇ ਸਿੱਖ ਮਤ ਨੂੰ ਮੰਨਣ ਵਾਲੇ ਜਿੰਨੇ ਸਿੱਖ ਭੈਣਾ ਭਰਾ ਨੇ ਉਹ ਬਾਬਾ ਜੀ ਫਰੀਦ ਦੀਆਂ ਬਾਣੀਆਂ ਵੀ ਬੜੇ ਸ਼ੌਕ ਨਾਲ ਪੜ੍ਹਦੇ ਨੇ ਬੜਾ ਆਦਰ ਇhtਰਾਮ ਸਤਿਕਾਰ ਕਰਦੇ ਨੇ ਬਾਬਾ ਜੀ ਫਰੀਦ ਗੱਜੇ ਸ਼ਕਰ ਹੋਰਾਂ ਦਾ ਤੇ ਬਾਬਾ ਜੀ ਫਰੀਦ ਗੱਜੇ ਸ਼ਕਰ ਹੀ ਪੈ ਫਰਮਾਉਂਦੇ ਨੇ ਕਿ ਬੁੱਢਾ ਹੋਇਓ ਸ਼ੇਖ ਫਰੀਦਾ ਕੰਬਨ ਲੰਗੀ ਦੇ ਜੇ 100 ਵਰਿਆਂ ਜੀਵਣਾ ਵੀ ਤਨ ਹੋ ਸਿੱਖੇ ਵਈ 100 ਸਾਲ ਵੀ ਜੇ ਜਿਉ ਲੈਂਗਾ ਨਾ ਤੇ ਇੱਕ ਦਿਨ ਇਤਨ ਇਹ ਜਿਸਮ ਜਿਹੜਾ ਇਹ ਮਿੱਟੀ ਦੇ ਵਿੱਚ ਮਿੱਟੀ ਹੋਣਾ ਇਹਨੇ ਮਿੱਟੀ ਚ ਰਲ ਨਹੀਂ ਹੈ ਇਸ ਵਾਸਤੇ ਰਿਸਕ ਹਲਾਲ ਕਮਾ ਤੇ ਬੇਤਹਾ ਸ਼ੱਕ ਮਾ ਹਲਾਲ ਔਰ ਜਾਇਜ਼ ਤਰੀਕੇ ਦੇ ਨਾਲ ਪੂਰਾ ਤੋਲ ਇਮਾਨਦਾਰੀ ਦੇ ਨਾਲ ਸੌਦਾ ਵੇਚ ਸੱਚ ਬੋਲ ਕੇ ਸੌਦਾ ਵਿੱਚ ਝੂਠ ਨਹੀਂ ਵਿੱਚ ਬੋਲਣਾ ਪੂਰਾ ਮਨਣਾ ਪੂਰਾ ਨਾਪਣਾ ਪੂਰਾ ਤੋਲਣਾ ਮਿਲਾਵਟ ਨਹੀਂ ਕਰਨੀ ਵੇਖੋ ਨਾ ਜੀ ਇਸ ਦੇ باوجود ਅਗਰ ਦੁਨੀਆ ਤੈਨੂੰ ਆ ਰਹੀ ਏ ਅੱਲਾ ਪਾਕ ਦਾ ਕਰਮ ਸਮਝ ਤੇ ਕਬੂਲ ਕਰ ਫਿਰ ਅੱਲਾ ਦੇ ਦਿੱਤੇ ਦੇ ਵਿੱਚੋਂ ਅੱਲਾ ਦੇ ਗਰੀਬ ਬੰਦਿਆਂ ਦੇ ਉੱਤੇ ਖਰਚ ਕਰ ਵਬਿ ਮਰ ਰਜ਼ਕ ਨਾ ਹੋ ਵ ਯੁਨਫਿਕੂ ਮੂਮਨ ਦੀ ਨਿਸ਼ਾਨੀ ਹੈ ਉਹ ਤਾਂ ਫਿਰ ਖਰਚ ਕਰਦਾ ਰੱਬ ਦੇ ਦਿੱਤੇ ਜੋ حضرت ਉਸਬਾਨ ਜ਼ਨੁਰੈਨ رضی اللہ تعالی عنہ ਥੋੜੇ ਮਾਲਦਾਰ ਸਨ ਲੇਕਿਨ ਕਹਿਮਾ ਤੇ ਮੈਂ ਇਹ ਜਾਨਣਾ ਤੇ ਸਾਡੇ ਸੂਫੀਆ ਵੀ ਸਾਨੂੰ ਇਹ ਹੀ ਆਖਣਾ ਚਾਹੁੰਦੇ ਨੇ ਵੀ ਜਿੰਨੀ ਮਰਜ਼ੀ ਦੁਨੀਆ ਹਲਾਲ ਔਰ ਜਾਇਜ਼ ਤਰੀਕੇ ਦੇ ਨਾਲ ਇਕੱਠੀ ਹੁੰਦੀ ਏ ਉਹ ਕਰ ਇੱਕ ਤੇ ਉਹਨੂੰ ਸਾਹਮ ਕੇ ਨਾ ਰੱਖਿਓ ਉਹਨੂੰ ਇਕੱਠਾ ਕਰਕੇ ਖਜ਼ਾਨੇ ਦਾ ਸੱਪ ਬਣ ਕੇ ਉੱਤੇ ਨਹੀਂ ਬਹਿ ਜਾਣਾ ਉਹਨੂੰ ਲੁਕਾਈ ਦੀ ਭਲਾਈ ਵਾਸਤੇ ਖਰਚ ਕਰ ਰਿਫਾਈ ਕੰਮਾਂ ਦੇ ਵਿੱਚ ਫਲਾਈ ਕੰਮਾਂ ਦੇ ਵਿੱਚ ਉਹਨੂੰ ਖਰਚ ਕਰ ਆਪਣੀ ਆਕਬਤ ਦਾ ਕੋਈ ਜ਼ਾਦ ਤਿਆਰ ਕਰ ਕੋਈ ਸਮਾਨ ਇਕੱਠਾ ਕਰ ਦੂਸਰਾ ਇਹਨਾਂ ਅਸ਼ਾਰ ਦੇ ਵਿੱਚ ਸਾਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਸੂਫੀਆ ਵੱਲੋਂ ਫੁਕਰਾ ਵੱਲੋਂ ਭਈ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਰਿਜ਼ਕ ਨਾ ਇਕੱਠਾ ਕਰੇ ਕਿਉਂਕਿ ਇੱਥੇ ਇੱਕ ਦਿਨ ਛੱਡ ਜਾਣਾ ਹੈ ਕਿਸੇ ਗਰੀਬ ਰੱਡੀ ਦੀ ਜ਼ਮੀਨ ਆਪਣੀ ਜਗ੍ਹਾ ਦੇ ਵਿੱਚ ਜ਼ਬਰਦਸਤੀ ਰਲਾ ਲੈਗਾ ਜਾਂ ਉਹਨੂੰ ਥੋੜੇ ਬੋਤੇ ਪੈਸੇ ਦੇ ਕੇ ਓਨੇ ਪੋਨੇ ਖਰੀਦ ਕੇ ਉਹਨੂੰ ਪਿੰਡੋਂ ਕੱਢ ਦੇਗਾ ਉਹਦਾ ਕੋਈ ਮਹੱਲੀ ਵਾਰਸ ਨਹੀਂ ਯਤੀਮਾਂ ਦੀ ਖੋ ਲੈਗਾ ਸ਼ੈ ਨਾਜਾਇਜ਼ ਤਰੀਕੇ ਦੇ ਨਾਲ ਰਿਜ਼ਕ ਕਮਾਏਗਾ ਮਿਲਾਵਟ ਸੁਧਾ اشیاء فروخت ਕਰਕੇ ਮਾਲ ਉਹ ਜ਼ਰ ਇਕੱਠਾ ਕਰ ਲੈਗਾ ਤੇ ਡਰ ਨਹੀਂ ਲੱਗਦਾ ਇੱਥੇ ਹੀ ਛੱਡ ਜਾਣਾ ਹੀ ਇੱਕ ਦਿਨ ਇੱਕ ਤੇ ਤੇਰੀ ਉਹ ਹਰਾਮ ਦੇ ਜ਼ਰੀਏ ਕਮਾਈ ਹੋਈ ਦੌਲਤ ਜਿਹੜੀ ਹੈ ਉਹਦੇ ਤੇ ਤੇਰੇ ਧੀਆਂ ਪੁੱਤਰ ਤੇ ਦੂਸਰੇ ਲੋਕ ਅਯਾਸ਼ੀਆਂ ਕਰਨਗੇ ਔਰ ਦੂਜਾ ਇਹ ਵੀ ਕਿ ਉਹਦਾ ਸਾਰਾ ਹਿਸਾਬ ਤੇ ਤੈਨੂੰ ਦੇਣਾ ਪੈਣਾ ਇਸ ਲਈ ਅੱਲਾਹ ਪਾਕ ਕਾਦਰ ਮੁਤਲਕ ਅੱਲਾਹ ਪਾਕ ਰਜ਼ਕ ਦੇਵਣ ਹਾਰ ਤੇ ਰੱਬ ਹੈ ਤੂੰ ਜਾਇਜ਼ ਤਰੀਕਿਆਂ ਦੇ ਨਾਲ ਮਿਹਨਤ ਕਰ ਰਜ਼ਕੇ ਹਲਾਲ ਦੇ ਹਸੂਲ ਦੇ ਵਾਸਤੇ ਨਸਾ ਭੱਜੀ ਕਰ ਦੌੜ ਦੂਪ ਕਰ 100 ਵਾਰੀ ਅੱਲਾ ਪਾਕ ਤੈਨੂੰ ਰਿਜ਼ਕੇ ਹਲਾਲ ਅਨਾਇਤ ਕਰੀ ਜਾ ਰਿਹਾ ਤੇ ਬਿਸਮਿਲ੍ਲਾ ਕਰਕੇ ਉਸ ਮਾਲਕ ਦੇ ਦਰ ਤੇ ਖਲੋ ਕੇ ਤੇ ਵਸੂਲ ਕਰਦਾ ਜਾ ਔਰ ਉਹਦੇ ਦਿੱਤੇ ਵਿੱਚੋਂ ਉਹਨਾਂ ਰਾਵਾਂ ਤੇ ਖਰਚ ਕਰ ਜਿਨ੍ਹਾਂ ਤੇ ਉੱਤੇ ਖਰਚ ਕਰਨ ਦਾ ਪਿਆਰੇ ਨਬੀ ਪਾਕ ਨੇ ਤੇ ਅੱਲਾ ਪਾਕ ਨੇ ਹੁਕਮ ਦਿੱਤਾ ਹੈ ਤੇ ਫਿਰ ਦੁਨੀਆਦਾਰੀ ਇਹ ਦੁਨੀਆ ਇਕੱਠੀ ਕਰਨਾ ਕੋਈ ਗੁਨਾਹ ਨਹੀਂ ਲੇਕਿਨ ਨਜਾਇਜ਼ ਤਰੀਕਿਆਂ ਦੇ ਨਾਲ ਇਕੱਠੀ ਨਾ ਕਰੀ ਤੇ ਜਾਇਜ਼ ਤਰੀਕਿਆਂ ਦੇ ਨਾਲ ਵੀ ਜਦੋਂ ਇਕੱਠੀ ਕਰ ਲੈਗਾ ਤੇ ਅੱਲਾ ਦੇ ਬੰਦਿਆ ਭਲਿਆ ਉਹਨੂੰ ਅੱਲਾ ਦੇ ਬੰਦਿਆਂ ਤੇ ਜ਼ਰੂਰ ਖਰਚ ਕਰੀ ਇੱਕ ਮناسب ਹਿੱਸਾ ਜਿਹੜਾ ਤੇਰੇ ਧਰਮ ਨੇ ਤੇਰੇ ਮਜ਼ਹਬ ਨੇ ਤੈਨੂੰ ਕਿਹਾ ਉਹਦੇ ਵਿੱਚ ਤੁਸੀਂ ਦੇਖੋ ਨਾ ਭਾਵੇਂ ਕੋਈ ਸਿੱਖ ਮਤ ਨਾਲ ਤਾਲਕ ਰੱਖਦਾ ਹੈ ਤੇ ਉਹਨਾਂ ਦੇ ਵੀ ਪੇਸ਼ਵਾ ਬਾਬਾ ਜੀ ਗੁਰਨਾਨਕ ਦੇਵ ਹੋ ਰਾਵੀ ساری ਜ਼ਿੰਦਗੀ ਆਸਤੇ ਜਦੋਂ ਤੱਕ ਦੁਨੀਆ ਰਹਿ ਗਈ ਸਿੱਖ ਮਾਤਾ ਲੈ ਜਿਹੜੇ ਨੇ ਉਹਨਾਂ ਦਾ ਲੰਗਰ ਰਹੇਗਾ ਬਾਬਾ ਨਾਨਕ ਜੀ ਲਾਗੇ ਨੇ ਇਹ ਲੰਗਰ ਦੁਨੀਆ ਭਰ ਜਿੱਥੇ-ਜਿੱਥੇ ਵੀ ਮੈਂ ਤੇ ਗਿਆ ਉੱਥੇ ਗੁਰਦੁਆਰੇ ਨੇ ਤੇ 24 ਘੰਟੇ ਲੰਗਰ ਮਿਲਦਾ ਹੈ ਪੁੱਛਿਆ ਨਹੀਂ ਜਾਂਦਾ ਤੂੰ ਕਿਹੜੇ ਮਜ਼ਹਬ ਦਾ ਹੈ ਕਿਹੜੇ ਫਿਰਕੇ ਦਾ ਹੈ ਕਿਹੜੀ ਕੌਮ ਦਾ ਹੈ ਤੇਰਾ ਰੰਗ ਕਾਲਾ ਕਿਉਂ ਹੈ ਜਿਹੜਾ ਉੱਥੇ ਲਗਾ ਜਾਂਦਾ ਉਹਨੂੰ ਮਿਲ ਜਾਂਦਾ ਹੈ ਯਾਨੀ ਦੇਖੋ ਨਾ ਕਿ ਇੱਕ ਮੁਸਬਤ ਪਾਸੇ ਵੀ ਕਮਾਈ ਦਾ ਹਿੱਸਾ ਸਾਡੇ ਸਿੱਖ ਭਰਾ ਉੱਥੇ ਜਾ ਗਏ ਹਿੱਸਾ ਭੰਦਦੇ ਨੇ ਡੋਨੇਸ਼ਨਸ ਦਿੰਦੇ ਨੇ ਇਸੇ ਤਰ੍ਹਾਂ ਹੀ ਸਾਡੇ ਮੁਸਲਮਾਨ ਭਰਾ ਜਿਹੜੇ ਨੇ ਅੱਲਾਹ ਪਾਕ ਦੇ ਕਰਮ ਦੇ ਨਾਲ ਜਿਨ੍ਹਾਂ ਨੂੰ ਰੱਬ ਬੇਤਹਾਸ਼ਾ ਦਿੱਤਾ ਹੈ ਔਰ ਨਾਲ ਇਹ ਵੀ ਤੋਫੀਕ ਦਿੱਤੀ ਹੈ ਕਿ ਅੱਲਾਹ ਪਾਕ ਦੇ ਬੰਦਿਆਂ ਤੇ ਗਰੀਬਾਂ ਮਸਕੀਨਾਂ ਤੇ ਖਰਚ ਕਰਨ ਅਸੀਂ ਦੇਖਿਆ ਕਿ ਉਹ ਬੇਤਹਾਸ਼ਾ ਰਿਫਾਹੀ ادارے ਉਹਨਾਂ ਬਣਾਏ ਨੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਪਏ ਅੱਲਾਹ ਪਾਕ ਦੇ ਬੰਦਿਆਂ ਵਾਸਤੇ ਅੱਲਾਹ ਪਾਕ ਦੀ ਰਜ਼ਾ ਦੇ ਵਾਸਤੇ ਤੇ ਪਿਆਰਿਓ ਪੰਡਿਤ ਕਾਲੀਦਾਸ ਹੋਰਾਂ ਨੇ ਆਪਣੇ ਇਸ ਨਸੀਹਤ ਅਮੋਜ਼ ਅਸ਼ਲੋਕ ਦੇ ਵਿੱਚ ਜਿਹੜੀ ਸਾਨੂੰ ਤਾਕੀਦ ਕੀਤੀ ਏ ਦੁਨੀਆ ਦੇ ਵਿੱਚ ਸਾਨੂੰ ਰਹਿਣ ਦਾ ਜਿਹੜਾ ਢੰਗ ਤੇ ਵਲ ਦੱਸਿਆ ਏ ਉਹੀ ਗੱਲ حضرت ਮੀਆਂ ਮੁਹੰਮਦ ਬਖਸ਼ਾਬ ਹੋਰਾਂ ਨੇ ਪੰਡਤ ਹੋਰਾਂ ਤੋਂ ਪਹਿਲੇ ਆਪਣੇ ਦੀਵਾਨ ਦੇ ਵਿੱਚ ਲਿਖ ਦਿੱਤੀ ਸੀ ਭਈ ਦਾਨਸ਼ਮੰਦਾਂ ਦਾ ਕੰਮ ਨਾਹੀਂ ਇਸ ਦੁਨੀਆ ਤੇ ਦਿਲ ਲਾਣਾ ਇਸ ਵੋਪੀ ਸੋ ਖਾ ਵਧ ਕੀਤੇ ਜੋ ਕੀਤਾ ਸੋ ਖਾਣਾ ਤੇ ਜਿਸ ਛੱਡੀ ਇਹ ਬੱਚੇ ਖਾਣੀ ਸੋਈ ਹੋਈ ਸੁਗੜ ਸਿਆਣਾ ਤੇ ਐਸੀ ਡਾਇਨ ਨਾਲ ਮੁਹੰਮਦ ਕੰਨੋਂ ਅਕਦਰ ਨਿਭਾਣਾ ਯਾਨੀ ਅਜੇ ਹੀ ਡਾਇਨ ਜਿਨੇ ਇੱਕ ਦਿਨ ਸਾਨੂੰ ਛੱਡ ਹੀ ਦੇਣਾ ਉਹਦੇ ਨਾਲ ਨਕਾਕ ਕਰਨਾ ਹੀ ਕਾਦੇ ਲਈ ਦੁਨੀਆ ਦੇ ਵਿੱਚ ਪਿਆਰਿਓ ਉਹਨਾ ਕੋਈ ਕਮਾਓ ਉਨੀਓ ਹੀ ਦੁਨੀਆ ਇਕੱਠੀ ਕਰੋ ਜਿੰਨਾ ਅਸਾਂ ਇੱਥੇ ਰਹਿਣਾ ਤੇ ਜੇ ਅੱਲਾ ਪਾਕ ਆਪਣੀਆਂ ਰਹਿਮਤਾਂ ਤੇ ਮਿਹਰਬਾਨੀਆਂ ਦੇ ਨਾਲ ਸਾਨੂੰ ਜ਼ਿਆਦਾ ਵੀ ਨਿਵਾਜ਼ਦਾ ਜਾਏ ਤੇ ਫੇਰ ਇਹ ਸੋਚੋ ਕਿ ਰੱਬ ਦੇ ਇੰਨੇ ਵੱਡੇ ਦਿੱਤੇ ਦੇ ਵਿੱਚੋਂ ਮੈਂ ਕਿੱਥੇ ਕਿੱਥੇ ਖਰਚ ਕਰਨਾ ਹੈ ਵੀ ਮੇਰਾ ਸਾਈ ਮੇਰਾ ਦੇਨਹਾਰ ਜਿਨੇ ਮੈਨੂੰ ਦਿੱਤਾ ਉਹ ਰਾਜ਼ੀ ਹੋ ਜਾਏ ਪਿਆਰਿਓ ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ईद मुबारक हो सी जिस दिन फेर मिलांगे रब राखा ते अल्लाह बेली